ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 21 ਦਸੰਬਰ 1704 ਦੀ ਰਾਤ, ਜਿਹੜੀ ਕਿ ਕਾਲੀ ਹਨੇਰੀ ਠੰਡੀ ਬਰਸਾਤ ਦੀ ਰਾਤ ਸੀ, ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਆਪਣੇ 1500 ਸਿੱਖਾਂ ਨੂੰ ਨਾਲ ਲੈ ਕੇ ਖਾਲੀ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਮੈਂ ਸ਼ਹੀਦੀ ਪ੍ਰਸੰਗ ਦਾ ਭਾਗ ਦੂਜਾ ਤੇ ਆਵਾਂ, ਮੇਰੇ ਖਿਆਲ ਭਾਗ ਪਹਿਲਾਂ ਤੁਸੀਂ ਜ਼ਰੂਰ ਸੁਣ ਲਿਆ ਹੋਣਾ, ਤਾਂ ਉਹਦੀ ਕੰਟੀਨਿਊਸ਼ਨ ਚਾਹੀਏ ਦੂਜਾ ਭਾਗ। ਆਓ ਸਭ ਤੋਂ ਪਹਿਲਾਂ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਾਂ ਸਜਦਾ ਕਰ ਲਈਏ। ਜੋਗੀ ਯਾਰਾਲਾ ਖਾਂ ਨੇ ਲਿਖਿਆ, ਜਬ ਜਬ ਵੀ ਜ਼ਰੂਰਤ ਹੋਈ, ਜਬ ਜਬ ਵੀ ਜ਼ਰੂਰਤ ਹੋਈ ਬੰਦੋਂ ਕੋ ਹਮ ਆਏ, ਜਬ ਜਬ ਵੀ ਜ਼ਰੂਰਤ ਹੋਈ ਬੰਦੋਂ ਕੋ ਹਮ ਆਏ। ਹਮੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜ਼ਾਲਿਮ ਕਾ ਕੀਆ ਖਾਤਮਾ, ਜ਼ਾਲਿਮ ਕਾ ਕੀਆ ਖਾਤਮਾ ਮਜ਼ਲੂਮ ਬਚਾਏ, ਚਿੜੀਓ ਸੇ ਅਗਰ ਚਾਹਾ ਤੋ ਫਿਰ ਬਾਜ ਤੋੜਾਏ, ਦੇਖਾ ਜਿਸੇ ਹੱਕਦਾਰ ਉਸੇ ਤਖਤ ਦਿਲਾਏ, ਕਾਂ ਆਏ ਫਕੀਰੋਂ ਕੇ ਤੋ ਸ਼ਾਹੋਂ ਕੇ ਵੀ ਆਏ, ਦੁਸ਼ਮਨ ਕੇ ਵੀ ਆਏ ਹਵਾ ਖਾਹੋਂ ਕੇ ਵੀ ਆਏ, ਹਵਾ ਖਾਹੋਂ ਮੀਨ ਦੋਸਤ, ਕਾਂ ਆਏ ਫਕੀਰੋਂ ਕੇ ਤੋ ਸ਼ਾਹੋਂ ਕੇ ਵੀ ਆਏ, ਦੁਸ਼ਮਨ ਕੇ ਵੀ ਆਏ ਹਵਾ ਖਾਹੋਂ ਕੇ ਵੀ ਆਏ। ਅੱਲਾ ਯਾਰ ਖਾਂ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕੀਤਾ ਤੇ ਦੁਸ਼ਮਣਾਂ ਨੂੰ ਸਮਾਚਾਰ ਮਿਲਿਆ ਕਿ ਗੁਰੂ ਤੇ ਉਹਨਾਂ ਦੇ ਸਿੱਖ ਰਾਤ ਨੂੰ ਕਿਲ੍ਹਾ ਖਾਲੀ ਕਰ ਗਏ ਹਨ, ਤਾਂ ਉਹਨਾਂ ਤੁਰੰਤ ਅਨੰਦਪੁਰ ਸਾਹਿਬ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਫਿਰ ਸਿੱਖਾਂ ਦਾ ਪਿੱਛਾ ਕੀਤਾ। ਆਪਣੀਆਂ ਕਸਮਾਂ ਸਭ ਭੁੱਲ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਹਿਲਾਂ ਹੀ ਪਤਾ ਸੀ ਕਿ ਐਵੇਂ ਹੀ ਹੋਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਉਦਾ ਸਿੰਘ ਜੀ ਦੀ ਅਗਵਾਈ ਹੇਠ 50 ਸਿੱਖਾਂ ਦਾ ਇੱਕ ਜਥਾ ਵੈਰੀਆਂ ਨੂੰ ਰੋਕਣ ਲਈ ਇਹ ਕੰਮ ਭਾਈ ਉਦਾ ਸਿੰਘ ਜੀ ਨੂੰ ਸੌਂਪਿਆ। ਸ਼ਾਹੀ ਟਿੱਬੀ ਨਾਂ ਦੀ ਥਾਂ ਹੈ, ਉੱਥੇ ਉਦਾ ਸਿੰਘ ਜੀ ਨੇ ਆਪਣੇ ਥੋੜੇ ਜਿਹੇ ਸੈਨਿਕਾਂ ਨਾਲ, ਕਿੰਨੇ ਹੁੰਦੇ ਸੈਨਿਕ, 50 ਸੈਨਿਕ ਸੀਗੇ, ਤੇ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਵਿਸ਼ਾਲ ਸੈਨਾ ਦਾ ਡਟ ਕੇ ਉਹਨਾਂ ਨੇ ਮੁਕਾਬਲਾ ਕੀਤਾ। ਕਹਿੰਦੇ ਸਿੱਖਾਂ ਨੇ ਉੱਤੇ ਅਦੁੱਤੀ ਤੇ ਸਲਾਸਾ ਦੀ ਬਹਾਦਰੀ ਵਿਖਾਈ ਅਤੇ ਸੈਂਕੜੇ ਹੀ ਵੈਰੀਆਂ ਨੂੰ ਨੀਂਦ ਦੀ ਮੌਤ ਸਵਾਰ। ਪਰੰਤੂ ਉਦੈ ਸਿੰਘ ਜੀ ਆਪਣੇ 50 ਸਿੱਖਾਂ ਨਾਲ ਇਸ ਲੜਾਈ ਦੇ ਵਿੱਚ ਉਹ ਵੀ ਸ਼ਹੀਦੀਆਂ ਪ੍ਰਾਪਤ ਕਰ ਗਏ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਸਾਥੀ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ, ਉਹਨਾਂ ਨੂੰ ਇਹ ਸਮਾਚਾਰ ਮਿਲਿਆ ਕਿ ਦੁਸ਼ਮਣ ਸੈਨਾ ਉਹਨਾਂ ਤੋਂ ਪਿੱਛਾ ਕਰਦੀ ਆ ਰਹੀ ਹੈ ਔਰ ਲਗਾਤਾਰ ਵੱਧ ਰਹੀ ਹੈ ਔਰ ਲੱਖਾਂ ਕਰੋੜਾਂ ਦੀ ਤਾਦਾਦ ਵਿੱਚ ਹੈ। ਤਾਂ ਉਹਨਾਂ ਨੇ ਉੱਘੇ ਰੰਗਰੇਟੇ ਸਿੱਖ ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਦਾ ਪਹਿਲਾ ਨਾਮ ਜੈਤਾ ਜੀ ਸੀ ਅਤੇ ਜੋ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਤੋਂ ਚੱਕ ਨਾਨਕੀ ਲਿਆਏ ਸਨ, ਉਹਨਾਂ ਨੂੰ 100 ਸਿੱਖਾਂ ਦਾ ਇੱਕ ਜਥਾ ਦਿੱਤਾ ਵੈਰੀਆਂ ਨੂੰ ਰੋਕਣ ਲਈ। ਇਹਨਾਂ 100 ਸਿੱਖਾਂ ਨੇ ਸਰਸਾ ਨਦੀ ਦੇ ਕੰਢੇ ਤੇ ਭਾਈ ਜੀਵਨ ਸਿੰਘ ਜੀ ਦੀ ਅਗਵਾਈ ਹੇਠ ਵੈਰੀਆਂ ਨਾਲ ਯੁੱਧ ਕੀਤਾ ਬੜੀ ਬਹਾਦਰੀ ਨਾਲ, ਤੇ ਅਖੀਰ ਵਿੱਚ ਉਹ ਵੀ ਸ਼ਹੀਦੀਆਂ ਪਾ ਗਏ। ਉਸ ਸਮੇਂ ਸਰਸਾ ਨਦੀ ਦੇ ਵਿੱਚ ਨਹੜ ਆਇਆ ਹੋਇਆ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਸੈਂਕੜੇ ਸਿੱਖ ਕੌੜਿਆਂ ਸਮੇਤ ਦਰਿਆ ਵਿੱਚ ਕੁੱਦ ਪਏ। ਕਹਿੰਦੇ ਬੜੇ ਸਾਰੇ ਸਿੱਖ ਉਸ ਦਰਿਆ ਵਿੱਚ ਅਲੋਪ ਹੋ ਗਏ। ਬੜਾ ਅਨਮੋਲ ਸਿੱਖ ਸਾਹਿਤ ਵੀ ਨਦੀ ਵਿੱਚ ਰੁੜ ਗਿਆ ਤੇ ਹਮੇਸ਼ਾ ਲਈ ਉਹ ਖਤਮ ਹੋ ਗਿਆ। ਇਸ ਭਾਈ ਦੌਰ ਵਿੱਚ ਬੜੇ ਸਾਰੇ ਸਿੱਖ ਗੁਰੂ ਸਾਹਿਬ ਤੋਂ ਵਿਛੜ ਗਏ। ਸਰਸਾ ਨਦੀ ਨੂੰ ਪਾਰ ਕਰਨ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੁਝ ਸਿੱਖਾਂ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਉਹਨਾਂ ਸਮੇਤ ਕਨੌਲਾ ਨਾਮੀ ਪਿੰਡ 'ਚ ਪਹੁੰਚੇ। ਉੱਥੇ ਅੱਗੇ ਕੋਟਲਾ ਨਿਹੰਗ ਖਾਂ ਨੂੰ ਚਲੇ ਗਏ। ਕੋਟਲਾ ਨਿਹੰਗ ਖਾਂ ਵਿਖੇ ਉਹ ਪਠਾਨ ਜ਼ਿਮੀਦਾਰ ਨਿਹੰਗ ਖਾਂ ਦੇ ਘਰ ਠਹਿਰੇ, ਜੋ ਸਿੱਖ ਗੁਰੂਆਂ ਦਾ ਸ਼ਰਧਾਲੂ ਸੀ। ਕੋਟਲਾ ਨਿਹੰਗ ਖਾਂ ਤੇ ਉਹ ਚਮਕੌਰ ਦੀ ਗੜੀ ਵੱਲ ਵਧੇ। ਕੋਟਲਾ ਨਿਹੰਗ ਖਾਂ ਤੋਂ ਫਿਰ ਉਹ ਚਮਕੌਰ ਦੀ ਗੜੀ ਵੱਲ ਵਧੇ।
ਕੁਝ ਸਮੇਂ ਪਿੱਛੋਂ ਵੈਰੀਆਂ ਦੀ ਸੈਨਾ ਚਮਕੌਰ ਸਾਹਿਬ ਵੀ ਆ ਪਹੁੰਚੀ ਤਾਂ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਗੁਰੂ ਸਾਹਿਬਾਨ ਨਾਲ ਕੇਵਲ 40 ਸਿੱਖ ਸਨ। ਸੂਫੀ ਫਕੀਰ ਅੱਲਾ ਯਾਰ ਖਾਨ ਇਸ ਨੂੰ ਬਿਆਨ ਕਰਦਾ, ਜਿਸ ਦਮ ਹੋਏ ਚਮਕੌਰ ਨੇ ਸਿੰਘੋਂ ਕੇ ਉਤਾਰੇ, ਜਲਾਏ ਹੋਏ ਸ਼ੇਰ ਥੇ ਸਭ ਗੈਜ ਕੇ ਮਾਰੇ, ਗੈਜ ਕਹਿੰਦੇ ਗੁੱਸੇ ਨੇ, ਆਂਖੋਂ ਸੇ ਨਿਕਲਤੇ ਥੇ ਦਿਲੇਰੋਂ ਕੇ ਸਰਾਰੇ, ਸਰਾਰੇ ਕਹਿੰਦੇ ਚੰਗਿਆੜਾ ਚੰਗਿਆੜੀਆਂ, ਆਂਖੋਂ ਸੇ ਨਿਕਲਤੇ ਥੇ ਦਿਲੇਰੋਂ ਕੇ ਸਰਾਰੇ, ਸਤਿਗੁਰੂ ਕੇ ਸਿਵਾ ਔਰ ਗਜਬਨਾਥ ਥੇ ਸਾਰੇ, ਗਜਬਨਾਥ ਕਹਿੰਦੇ ਗੁੱਸੇ ਨਾਲ ਭਰੇ ਹੋਏ। ਪਰ ਗੁਰੂ ਗੋਬਿੰਦ ਸਿੰਘ ਜੀ ਅਜੇ ਵੀ ਸ਼ਾਂਤ ਸਨ, ਸਤਿਗੁਰ ਕੇ ਸਿਵਾ ਔਰ ਗਜਬਨਾਥ ਥੇ ਸਾਰੇ, ਗੁੱਸੇ ਸੇ ਨਜ਼ਰ ਜਾਤੀ ਥੀ ਅਫਵਾਜੇ ਅਦੂ ਪਰ, ਅਫਵਾਜੇ ਅਦੂ ਕਹਿੰਦੇ ਵੈਰੀਆਂ ਦੀ ਫੌਜ ਦੀ, ਗੁੱਸੇ ਸੇ ਨਜ਼ਰ ਜਾਤੀ ਥੀ ਅਫਵਾਜੇ ਅਦੂ ਪਰ, ਤੇਗੇ ਸੇ ਨਿਗਾਹ ਪੜਤੀ ਥੀ ਦੁਸ਼ਮਨ ਕੇ ਗਲੂ ਪਰ। ਉਹਨਾਂ ਦੀ ਨਿਗਾਹ ਅਜੇ ਵੀ ਸਿੱਖਾਂ ਦੀ, ਥੋੜੇ ਰਹਿ ਗਏ ਸੀ ਗਿਣਤੀ ਚ, ਪਰ ਉਹ ਉਹਨਾਂ ਵੈਰੀਆਂ ਦੇ ਗਲਾਂ ਤੇ ਪਹੁੰਚਦੀ ਸੀ ਕਿ ਕਦੋਂ ਉਹਨਾਂ ਦਾ ਨੇਜਾ ਜਾਂ ਉਹਨੇ ਤਲਵਾਰ ਉਹਨਾਂ ਦਾ ਗਲਾ ਉਤਾਰੇ। ਤਾਂ ਅੱਲਾ ਯਾਰ ਖਾਨ ਅੱਗੇ ਲਿਖਦਾ, ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਡੋਬੇ ਹੋਏ ਸੰਸਾ ਮੇਂ ਪਿਆਰੇ ਨਜ਼ਰ ਆਏ, ਯੇ ਦੇਖ ਕੇ ਵਿਗੜੇ ਹੋਏ ਸਾਰੇ ਨਜ਼ਰ ਆਏ, ਬਿਫਰੇ ਹੋਏ ਸਤਿਗੁਰੂ ਕੇ ਦੁਲਾਰੇ ਨਜ਼ਰ ਆਏ। ਕਹਿਤੇ ਥੇ ਇਜਾਜ਼ਤ ਹੀ ਨਹੀਂ ਹੈ ਹਮੇ ਰਨ ਕੀ, ਕਹਿਤੇ ਥੇ ਇਜਾਜ਼ਤ ਹੀ ਨਹੀਂ ਹੈ ਹਮੇ ਰਨ ਕੀ, ਮੱਟੀ ਤੱਕ ਉੜਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ। ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਇਜਾਜ਼ਤ ਦੇਣ ਤਾਂ ਅਸੀਂ ਦੁਸ਼ਮਣਾਂ ਦੀ ਮੱਟੀ ਤੱਕ ਉੜਾ ਸਕਦੇ ਹਾਂ। ਕਹਿਤੇ ਥੇ ਇਜਾਜ਼ਤ ਹੀ ਨਹੀਂ ਹੈ ਹਮੇ ਰਨ ਕੀ, ਮੱਟੀ ਤੱਕ ਉੜਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ। ਇਹ ਹੈ ਅੱਲਾ ਯਾਰ ਖਾਨ। ਅੱਲਾ ਯਾਰ ਖਾਨ ਅੱਗੇ ਵੱਡੇ ਸਾਹਿਬਜ਼ਾਦਿਆਂ ਬਾਰੇ ਲਿਖਦਾ, ਤੂਫਾਨ ਜਦ ਦਰਿਆ ਕੇ ਅਭੀ ਪਾਰ ਕਰੇਂਗੇ, ਤੂਫਾਨ ਜਦ ਦਰਿਆ ਕੋ ਅਭੀ ਪਾਰ ਕਰੇਂਗੇ, ਠੋਕਰ ਸੇ ਹਰ ਇੱਕ ਮੋਜ ਕੋ ਹਮ ਵਾਰ ਕਰੇਂਗੇ, ਬਦ ਅਹਦ ਸਿਦਮਗਾਰੋਂ ਸੇ ਬੇਕਾਰ ਕਰੇਂਗੇ, ਠੋਕਰ ਸੇ ਹਰ ਇੱਕ ਮੋਜ ਕੋ ਹਮ ਵਾਰ ਕਰੇਂਗੇ। ਮੋਜ ਕਹਿੰਦੇ ਲਹਿਰ ਨੂੰ, ਬਦ ਅਹਦ, ਬਦ ਅਹਦ ਕਹਿੰਦੇ ਵਾਅਦਾ ਪੂਰਾ ਨਾ ਕਰਨ ਵਾਲੇ ਜਿਹੜੇ ਕਸਮਾਂ ਖਾ ਕੇ ਮੁਕਰ ਗਏ, ਬਦ ਅਹਦ ਸਿਤਮਗਾਰੋਂ ਸੇ ਪੈਕਾਰ ਕਰੇਂਗੇ, ਪੈਕਾਰ ਮਤਲਬ ਜੰਗ, ਹਮ ਦੋਨੋਂ ਹੀ 10 ਲੱਖ ਕੋ ਫਿਨਾਰ ਕਰੇਂਗੇ, ਫਿਨਾਰ ਕਹਿੰਦੇ ਅੱਗ ਦੇ ਅੱਗ ਵਿੱਚ ਸੁੱਟਾਂਗੇ ਇਹਨਾਂ, ਹਮ ਦੋਨੋਂ ਹੀ 10 ਲੱਖ ਕੋ ਫਿਨਾਰ ਕਰੇਂਗੇ, ਦਾਦੀ ਹੈ ਕਿਧਰ, ਦਾਦੀ ਹੈ ਕਿਧਰ, ਮਾਈ ਕਿਧਰ, ਭਾਈ ਕਹਾਂ, ਦਾਦੀ ਹੈ ਕਿਧਰ, ਮਾਈ ਕਿਧਰ, ਭਾਈ ਕਹਾਂ ਹੈ, ਆਂਖੋਂ ਸੇ ਕਈ ਖਾਲਸੇ ਪਿਆਰੇ ਵੀ ਨਿਆ ਹੈ, ਦਾਦੀ ਹੈ ਕਿਧਰ, ਮਾਈ ਕਿਧਰ, ਦਾਦੀ ਹੈ ਕਿਧਰ, ਮਾਈ ਕਿਧਰ, ਭਾਈ ਕਹਾਂ ਹੈ, ਆਂਖੋਂ ਸੇ ਕਈ ਖਾਲਸੇ ਪਿਆਰੇ ਵੀ ਨਿਆ ਹੈ। ਨਿਹਾਂ ਮਤਲਬ ਕਿੱਥੇ ਲੁੱਕ ਗਏ ਹੈ, ਦਾਦੀ ਨਜ਼ਰ ਨਹੀਂ ਆਉਂਦੀ, ਮਾਈ ਕਿੱਥੇ ਹੈ। ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ। ਦੂਜਾ ਤੀਜਾ ਪ੍ਰਸੰਗ ਮੈਂ ਤੀਜਾ ਪ੍ਰਸੰਗ ਤੁਹਾਨੂੰ ਕੱਲ੍ਹ ਨੂੰ ਮਿਲੇਗਾ। ਮੇਰੀ ਫਿਰ ਗੁਜ਼ਾਰਿਸ਼ ਹੈ ਕਿ ਅਸੀਂ ਲੰਗਰ ਬਹੁਤ ਲਗਾਉਂਦੇ ਹਾਂ। ਪਹਿਲਾਂ ਮੈਂ ਕਿਹਾ ਸੀਗਾ ਲੰਗਰ ਹੁੰਦਾ ਹੈ ਸਰੀਰ ਵਾਸਤੇ, ਪਰ ਸਾਨੂੰ ਭੁੱਖ ਪਕਾਦੀ ਹੈ ਪਰਮਾਤਮਾ ਦੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ, ਉਹ ਕਿਵੇਂ ਪੂਰੀ ਹੋਊਗੀ, ਉਹਦੀ ਉਹ ਕਿਵੇਂ ਪੂਰੀ ਹੋਊਗੀ, ਉਹਦਾ ਇਤਿਹਾਸ ਪੜ੍ਹ ਕੇ ਉਹਨੂੰ ਯਾਦ ਕਰਕੇ ਆਓ, ਕਿਰਪਾ ਕਰਕੇ ਆਪਾਂ ਇਹ ਇਤਿਹਾਸ ਨੂੰ ਪੜ੍ਹੀਏ ਅਤੇ ਵੱਧ ਤੋਂ ਵੱਧ ਆਪਣੇ ਭੈਣਾਂ ਨੂੰ ਅਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਤੱਕ ਇਹਨੂੰ ਪਹੁੰਚਾਈਏ।